ਪਿਛਲੇ 8 ਮਹੀਨੇ ਤੋਂ ਇਹ ਲੜਾਈ ਲੜ ਰਹੇ ਸੀਗੇ ਔਰ ਸਾਡੀ ਜਿਹੜੀ ਮੇਨ ਡਿਮਾਂਡ ਸੀਗੀ ਉਹ ਇਹ ਸੀਗੀ ਕਿ ਜਿਹੜੀ ਲਾਰੈਂਸ ਬਿਸ਼ਨੋਈ ਗੈਂਗਸਟਰ ਹੈ ਉਹਦੀ ਜਿਹੜੀ ਇੰਟਰਵਿਊ ਜੇਲ੍ਹ ਦੇ ਵਿੱਚੋਂ ਦੀ ਕੰਡਕਟ ਕੀਤੀ ਗਈ ਸੀ ਉਹ ਇਲੀਗਲ ਇੰਟਰਵਿਊ ਸੀਗੀ ਉਹਦਾ ਸਮਾਜ ਤੇ ਬਹੁਤ ਬੁਰਾ ਅਸਰ ਪੈਂਦਾ ਹੈ ਔਰ ਲੋਕਾਂ ਦੇ ਦਿਲਾਂ ਦੇ ਵਿੱਚੋਂ ਜੇਲ੍ਹਾਂ ਦਾ ਜਿਹੜਾ ਖੌਫ ਹੈ ਉਹ ਖਤਮ ਹੁੰਦਾ ਹੈ ਸੋ ਇਸ ਇਸ਼ੂ ਨੂੰ ਲੈ ਕੇ ਅਸੀਂ ਮਾਨਜੋ ਕੋਰਟ ਦੇ ਵਿੱਚ ਆਏ ਸੀਗੇ ਅੱਜ ਮਾਨਜੋ ਹਾਈ ਕੋਰਟ ਨੇ ਆਰਡਰ ਪਾਸ ਕੀਤਾ ਹੈ ਕਿ ਜਿਹੜੇ ਬੰਦਿਆਂ ਨੇ ਇਹ ਇੰਟਰਵਿਊ ਕਰਵਾਈ ਹੈ ਉਹਨਾਂ ਨੂੰ ਸਰਚ ਕਰਨ ਵਾਸਤੇ ਔਰ ਉਹਨਾਂ ਦੀ ਭਾਲ ਕਰਨ ਵਾਸਤੇ ਕਿ ਵੀ ਇਹ ਇੰਟਰਵਿਊ ਕਿਹੜੇ ਆਫਿਸਰ ਦੀ ਜ਼ਿੰਮੇਵਾਰੀ ਬਣਦੀ ਹੈ ਤੇ ਉਹਨਾਂ ਆਫਿਸਰ ਦੇ ਉੱਤੇ ਪੂਰੀ ਕਾਰਵਾਈ ਹੋ ਸਕੇ ਇਸ ਕਰਕੇ 2 FIR ਰਜਿਸਟਰ ਕਰਨ ਦਾ ਆਰਡਰ ਕਰਦਾ ਹੈ ਇਹ ਤਾਂ ਹੋ ਗਈ ਇੱਕ ਗੱਲ ਦੂਸਰੀ ਗੱਲ ਜਿਹੜੀ ਇੰਟਰਵਿਊ ਸੀਗੀ ਉਹਨੂੰ ਕੋਰਟ ਨੇ ਅਨਆਥੋਰਾਈਜ਼ਡ ਡਿਕਲੇਅਰ ਕੀਤਾ ਹੈ ਨਾਲੇ ਕੋਰਟ ਨੇ ਇਹ ਡਿਕਲੇਅਰ ਕੀਤਾ ਹੈ ਕਿ ਇਸ ਇੰਟਰਵਿਊ ਦਾ ਯੰਗ ਇੰਪਰੈਸ਼ਨੇਬਲ ਮਾਈਂਡਸ ਮਤਲਬ ਜਿਹੜੇ ਜਵਾਨ ਬੱਚੇ ਇਸ ਇੰਟਰਵਿਊਜ਼ ਨੂੰ ਦੇਖਦੇ ਨੇ ਉਹਨਾਂ ਦੇ ਦਿਮਾਗ ਦੇ ਉੱਤੇ ਇਹ ਅਸਰ ਪੈਂਦਾ ਹੈ ਕਿ ਲਾਰੈਂਸ ਬਿਸ਼ਨੋਈ ਵਰਗੇ ਗੈਂਗਸਟਰ ਬੜੀ ਅੱਛੀ ਜ਼ਿੰਦਗੀ ਜੀ ਰਹੇ ਆ ਔਰ ਉਹ ਉਹਨਾਂ ਨੂੰ ਰੋਲ ਮਾਡਲ ਦੇ ਤੌਰ ਤੇ ਦੇਖਣਾ ਸ਼ੁਰੂ ਕਰ ਦਿੰਦੇ ਨੇ ਜਿਹੜਾ ਕਿ ਸਮਾਜ ਵਾਸਤੇ ਇੱਕ ਅੱਛਾ ਸੰਦੇਸ਼ ਨਹੀਂ ਦਿੰਦਾ ਇਸ ਕਰਕੇ ਉਸ ਇੰਟਰਵਿਊ ਨੂੰ ਜਿੰਨੇ ਵੀ ਸੋਸ਼ਲ ਮੀਡੀਆ ਨੈਟਵਰਕ ਨੇ ਜਾਂ ਉਹਨਾਂ ਦਾ ਜਿਹੜਾ URL ਮਤਲਬ ਜਿੱਥੋਂ ਦੀ ਉਹ ਇੰਟਰਵਿਊ ਜਨਰੇਟ ਹੁੰਦੀ ਹੈ ਉਹਨਾਂ ਸਾਰੇ ਚੈਨਲਾਂ ਤੋਂ ਉਸ ਇੰਟਰਵਿਊ ਨੂੰ ਉਤਾਰਨ ਦਾ ਆਰਡਰ ਪਾਸ ਕਰਦਾ ਹੈ ਇਹ ਹੁਣ ਕੋਈ ਸਰਕਾਰ ਦੇ ਪਾਲੇ ਦੇ ਵਿੱਚ ਤਾਂ ਗੇਂਦ ਨਹੀਂ ਹੈਗੀ ਹੈ ਇਹ ਮਾਨਯੋਗ ਹਾਈ ਕੋਰਟ ਨੇ ਆਰਡਰ ਪਾਸ ਕਰਤਾ ਹੈ ਔਰ ਇਹ ਇੰਟਰਵਿਊ ਜਿਹੜੀ ਹੈਗੀ ਹੈ ਉਹ ਕੱਲ ਤੱਕ ਜਦੋਂ ਆਰਡਰ ਦੀ ਕਾਪੀ ਆ ਜਾਏਗੀ ਉਸ ਤੋਂ ਬਾਅਦ ਇਹਨੂੰ ਜਿਹੜਾ ਹੈ ਡਾਊਨ ਕਰ ਲਿੱਤਾ ਜਾਏਗਾ ਸੋ 2 ਮੇਜਰ ਜਿਹੜੀਆਂ ਡਿਵੈਲਪਮੈਂਟਸ ਨੇ ਉਹ ਅੱਜ ਕੋਰਟ ਦੇ ਵਿੱਚ ਹੋਈਆਂ ਕਿਉਂਕਿ ਪਹਿਲਾਂ ਇਸ ਤੋਂ ਕੀ ਹੋ ਰਿਹਾ ਸੀਗਾ ਕਿ ਪੰਜਾਬ ਸਰਕਾਰ ਨੂੰ 8-9 ਮਹੀਨੇ ਦਾ ਵਕਤ ਦਿੱਤਾ ਗਿਆ ਸੀ ਜਿਹਦੇ ਵਿੱਚ ਇੱਕ ਕਮੇਟੀ ਦੀ ਗਠਨ ਕੀਤਾ ਗਿਆ ਸੀਗਾ ADGP ਜੇਲ੍ਹ ਦਾ ਤੇ ਸਪੈਸ਼ਲ STF ਦਾ ਸਪੈਸ਼ਲ STF ਦੀ ਟੀਮ ਨੇ ਰਿਕਮੈਂਡ ਤਾਂ ਕੀਤਾ ਸੀਗਾ ਲੇਕਿਨ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਸੀਗੀ ਉਹਨਾਂ ਦੀ ਰਿਪੋਰਟ ਜਿਹੜੀ ਹੈ ਉਹਦੇ ਉੱਤੇ ਸਰਕਾਰ ਕੋਈ ਕਾਰਵਾਈ ਨਹੀਂ ਕਰ ਰਹੀ ਸੀ ਜਿਹਦੇ ਤੋਂ ਕੋਰਟ ਸੈਟੀਸਫਾਈਡ ਨਹੀਂ ਸੀ ਇਸ ਕਰਕੇ ਕੋਰਟ ਨੇ ਉਹ ਮੈਟਰ ਨੂੰ ਆਪਦੇ ਹੱਥ 'ਚ ਲੈਂਦੇ ਹੋਏ ਇੰਟਰਵਿਊਜ਼ ਨੂੰ ਥੱਲੇ ਉਤਾਰਨ ਦਾ ਨੈਟ ਤੋਂ ਡਾਊਨ ਕਰਨ ਦਾ ਆਰਡਰ ਪਾਸ ਕਰਤਾ ਹੈ ਤੇ FIR ਰਜਿਸਟਰ ਕਰਨ ਦਾ ਆਰਡਰ ਕਰਤਾ ਹੈ 2 FIR ਤੁਸੀਂ ਕਿਹਾ ਦੋਨਾਂ ਅਲੱਗ ਅਲੱਗ ਮਾਮਲੇ ਕਿਹੜੇ ਕਿਹੜੇ ਰਹੇ ਸਰ 2 ਇੰਟਰਵਿਊਜ਼ ਹੋਈਆਂ ਸੀਗੀਆਂ ਇੱਕ ਫਸਟ ਇੰਟਰਵਿਊ ਕੀਤੀ ਸੀਗੀ ਲਾਰੈਂਸ ਬਿਸ਼ਨੋਈ ਦੀ ਫਿਰ ਉਸ ਤੋਂ ਬਾਅਦ ਲਾਰੈਂਸ ਬਿਸ਼ਨੋਈ ਦੀ ਇੱਕ ਸੈਕਿੰਡ ਇੰਟਰਵਿਊ ਹੋਈ ਸੀ ਇਸ ਤੋਂ ਇਲਾਵਾ ਇਹਦੇ ਵਿੱਚ ਕਈ ਤਰ੍ਹਾਂ ਦੇ ਕਾਨੂੰਨਾਂ ਦੀ ਉਲੰਘਣਾ ਹੋਈ ਸੀ ਜਿਹਦੇ ਵਿੱਚ ਪ੍ਰਿਜ਼ਨ ਐਕਟ ਦੀ ਵੀ ਗੱਲ ਹੋਈ ਹੈ ਤੇ ਜਿਹਦੇ ਵਿੱਚ ਇਸ ਗੱਲ ਦੀ ਵੀ ਗੱਲ ਹੋਈ ਹੈ ਕਿ ਜਿਹੜੇ ਆਫਿਸਰਸ ਦੀ ਨਿਗਰਾਨੀ ਦੇ ਵਿੱਚ ਇਹ ਇੰਟਰਵਿਊ ਹੋਈ ਹੈ ਜਿਹਨੂੰ ਕਿ ਪੰਜਾਬ ਸਰਕਾਰ ਡਿਨਾਈ ਨਹੀਂ ਕਰ ਸਕੀ ਕੋਰਟ ਦੇ ਵਿੱਚ ਆਪਦੇ ਐਫੀਡੇਵਿਟ ਦੇ ਰਾਹੀਂ ਇਹ ਪੂਰੀ ਤਰ੍ਹਾਂ ਨਹੀਂ ਕਹਿ ਸਕੀ ਆਰਡਰ ਦੇ ਵਿੱਚ ਲਿਖਿਆ ਹੋਇਆ ਆਏਗਾ ਕਿ ਪੰਜਾਬ ਸਰਕਾਰ ਪੂਰੀ ਤਰ੍ਹਾਂ ਤੋਂ ਇਹਨੂੰ ਮਨਾ ਨਹੀਂ ਕਰ ਸਕੀ ਕਿ ਇੰਟਰਵਿਊ ਕਿੱਥੇ ਹੋਈ ਹੈ ਸੋ ਕੋਰਟ ਨੇ ਉਹ FIR ਦਰਜ ਕਰਨ ਦਾ ਆਰਡਰ ਕੀਤਾ ਕਿ ਤੁਸੀਂ ਫਿਲਹਾਲ ਬਿਨਾਂ ਨਾਮ ਤੋਂ ਜਿਹੜੀਆਂ FIR ਨੇ ਉਹ ਰਜਿਸਟਰ ਕਰੋ ਉਸ ਤੋਂ ਬਾਅਦ ਜਿਹੜੀ ਇਹਨਾਂ FIR ਦੀ ਮੈਂ ਅੱਗੇ ਫਰਦਰ ਡਿਵੈਲਪਮੈਂਟ ਤੁਹਾਨੂੰ ਦੱਸਣਾ ਚਾਹਾਂਗਾ ਕਿ ਕੋਰਟ ਨੇ ਇੱਕ ਡਾਕਟਰ ਪ੍ਰਮੋਦ ਭਾਨ ADGP ਨੇ ਸੋਰੀ DGP ਨੇ ਉਹਨਾਂ ਦੀ ਪ੍ਰਮੋਦ ਜੀ ਉਹਨਾਂ ਦੀ ਡਾਕਟਰ ਪ੍ਰਮੋਦ ਜੀ ਦੀ ਅਧਿਕਸ਼ਤਾ ਦੇ ਵਿੱਚ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਹੈ ਜਿਹੜੀਆਂ FIR ਦਰਜ ਹੋਣਗੀਆਂ ਉਹਨਾਂ ਦੀ ਅੱਗੋਂ ਕਿਵੇਂ ਕਿਵੇਂ ਡਿਵੈਲਪਮੈਂਟ ਹੋ ਰਹੀ ਹੈ ਉਹਦੇ 'ਚ ਕੀ ਕਾਰਵਾਈ ਹੋ ਰਹੀ ਹੈ ਉਹ ਕੋਰਟ ਮੋਨੀਟਰਡ ਹੋਏਗੀ ਇਹਦਾ ਮਤਲਬ ਵੀ ਉਹ ਮੈਟਰ ਜਿਹੜੇ ਨੇ ਅੱਜ ਸਿਰਫ ਪਰਚਾ ਦਰਜ ਕਰਕੇ ਉਹਨੂੰ ਖਤਮ ਨਹੀਂ ਕੀਤਾ ਗਿਆ ਜਦਕਿ ਇੱਕ SIT ਦਾ ਨਿਰਮਾਣ ਕੀਤਾ ਗਿਆ ਔਰ ਉਹ SIT ਜਿਹੜੀ ਹੈ ਉਹ ਸਾਰੇ ਮਾਮਲਿਆਂ ਦੀ ਦੇਖਭਾਲ ਕਰੇਗੀ ਔਰ ਉਸ ਤੋਂ ਬਾਅਦ ਉਹਦੇ ਉੱਤੇ ਜੋ ਡਿਵੈਲਪਮੈਂਟ ਹੋਏਗੀ ਉਹ ਕੋਰਟ ਨੂੰ ਰਿਪੋਰਟ ਕਰਨ ਲਈ ਜ਼ਿੰਮੇਵਾਰ ਹੋਣਗੇ 5 ਜਨਵਰੀ ਦੀ ਫਿਲਹਾਲ ਕੋਰਟ ਨੇ ਡੇਟ ਰੱਖੀ ਹੈ ਸੋਰੀ 10 ਜਨਵਰੀ ਦੀ ਡੇਟ ਰੱਖੀ ਹੈ ਕੋਰਟ ਨੇ ਕਿਉਂਕਿ ਹੁਣ ਵਿੰਟਰ ਵੈਕੇਸ਼ਨ ਆ ਰਹੀਆਂ ਤੇ ਸਰਦੀਆਂ ਦੀਆਂ ਛੁੱਟੀਆਂ ਤੋਂ ਬਾਅਦ ਜਿਹੜੀਆਂ ਸ਼ੁਰੂਆਤੀ ਡੇਟ ਹੈ ਉਸ ਡੇਟ ਨੂੰ ਰੱਖਿਆ ਗਿਆ ਤੇ ਉਦੋਂ ਤੱਕ ਜਿਹੜਾ ਹੈ
ਪਰਚੇ ਦਰਜ ਕਰਕੇ ਤੇ ਇੰਟਰਵਿਊ ਥੱਲੇ ਡਾਊਨ ਕਰਕੇ ਤੇ ਜੋ ਕਮੇਟੀ ਜਿਹੜੀ ਨਵੀਂ ਐਸਆਈਟੀ ਫਾਰਮ ਕੀਤੀ ਗਈ ਹੈ ਉਹਦੇ ਮੈਂਬਰਸ ਕੀ ਫਸਟ ਰਿਪੋਰਟ ਦਿੰਦੇ ਹੈ ਉਹਦੀ ਵੇਟ ਕਰਨ ਵਾਸਤੇ ਅਗਲੀ ਡੇਟ ਜਿਹੜੀ ਰੱਖੀ ਗਈ ਹੈ। ਸੋ ਇੱਕ ਬੜੀ ਰਾਹਤ ਵਾਲੀ ਗੱਲ ਹੈ ਕਿ ਕੋਰਟ ਨੇ ਇਹ ਓਬਜ਼ਰਵ ਕੀਤਾ ਕਿ ਜਿਹੜੇ ਕ੍ਰਿਮੀਨਲਸ ਨੇ ਜਿਵੇਂ ਲਾਰੈਂਸ ਬਿਸ਼ਨੋਈ ਹੈ ਉਹਦੇ ਉੱਤੇ ਸਟੇਟ ਨੇ ਦੱਸਿਆ ਕਿ 71 ਪਰਚੇ ਦਰਜ ਹੈ, 71 FIR ਰਜਿਸਟਰਡ ਹੈ ਔਰ ਸਾਡੇ ਹੀ ਮੀਡੀਆ ਕਰਮੀ ਉਹਦੀ ਇੰਟਰਵਿਊ ਲੈ ਰਹੇ ਹੈ, ਅਨਔਥਰਾਈਜ਼ ਇੰਟਰਵਿਊ ਲੈ ਰਹੇ ਹੈ, ਇਲੀਗਲ ਇੰਟਰਵਿਊ ਲੈ ਰਹੇ ਹੈ ਜਿਹਨੂੰ ਕੋਰਟ ਨੇ ਬਿਲਕੁਲ ਵੀ ਸਹੀ ਨਹੀਂ ਠਹਿਰਾਇਆ ਔਰ ਕੋਰਟ ਨੇ ਕਮੈਂਟ ਵੀ ਕੀਤਾ ਇਸ ਗੱਲ ਦੇ ਉੱਤੇ ਕਿ ਇਸ ਤਰ੍ਹਾਂ ਦੇ ਵਿਅਕਤੀਆਂ ਦੀ ਇੰਟਰਵਿਊ ਜਿਹੜੀ ਹੈ ਕਰਨਾ ਗਲਤ ਹੈ ਔਰ ਸਾਨੂੰ ਇਹੋ ਜਿਹੇ ਅਨਸਰਾਂ ਦੀ ਸਮਾਜ ਦੇ ਵਿੱਚ ਅੱਗੇ ਡਿਵੈਲਪਮੈਂਟ ਕਰਨ ਵਾਸਤੇ ਜਾਂ ਉਹਨਾਂ ਨੂੰ ਗਲੋਰੀਫਾਈ ਕਰਨ ਵਾਸਤੇ ਇਸ ਤਰ੍ਹਾਂ ਦੀ ਇੰਟਰਵਿਊਜ਼ ਨਹੀਂ ਕੰਡਕਟ ਕੀਤੀਆਂ ਜਾਣੀਆਂ ਚਾਹੀਦੀਆਂ।